ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ, ਸ਼ਤਰ ਚਵਰ ਤਖਤ ਦੇ ਮਾਲਕ, ਹਲਤ ਪਲਤ ਦੇ ਰਾਖੇ, ਰਾਜਾਨ ਰਾਜ, ਪਾਣਾਨ ਪਾਣ, ਦੇਵਾਨ ਦੇਵ, ਉਪਮਾ ਮਹਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਨੂੰ ਪਵਿੱਤਰ ਹਜ਼ੂਰੀ ਅੰਦਰ ਆਪ ਸਵਾਏ ਮਨ ਹੋਏ ਬੈਠੇ ਹੋ। ਸਤਸੰਗੀ ਪਿਆਰੇ ਹੋ, ਵਡਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭਰਮ ਚੋਟਾਂ ਖਾਵੇਂ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਸਾਹਿਬਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਬੈਠ ਕੇ, ਸਾਹਿਬਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਦੇ ਰਸ ਆਨੰਦ ਲਏ। ਆਓ ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆਪਣਾ ਸੀ ਝੁਕਾ ਕੇ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਇਹ ਦੱਸਣਾ ਚਾਹੁੰਦੇ ਨੇ, ਐ ਗੁਰੂ ਪਿਆਰਿਆ, ਜੇਕਰ ਤੁਸੀਂ ਨਾਮ ਨਾਲ ਆਪਣਾ ਚਿੱਤ ਨਹੀਂ ਨਾ ਲਾਉਂਦੇ ਤੇ ਫਿਰ ਇਹ ਜਿਹੜੀ ਦੇਹ ਹੈ, ਇਹ ਜੋ ਸਰੀਰ ਹੈ, ਇਹ ਬਿਲਕੁਲ ਤ੍ਰਿਕਾਰ ਯੋਗ ਹੈ। ਇੱਕ ਦਿਨ ਇਸ ਨੇ ਇੱਥੋਂ ਚਲੇ ਜਾਣਾ ਹੈ, ਇਸ ਸੰਸਾਰ ਮੰਡਲ ਨੂੰ ਤਜ ਕੇ ਇੱਕ ਦਿਨ ਪਰਲੋਕ ਵਿੱਚ ਜਾਣਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਜੇਕਰ ਪਿਆਰਿਆ ਨਾਮ ਨਹੀਂ ਨਾ ਜਪਿਆ, ਇਹ ਦੇਹੀ ਤੇਰੀ ਤ੍ਰਿਕਾਰ ਯੋਗ ਹੈ। ਅੱਜ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਇੱਥੋਂ ਆਰੰਭ ਕਰਦੇ ਨੇ। ਕਣ ਬਿਨਾ ਜੈਸੇ ਥੋਥਰ ਤੁਖਾ, ਕਣ ਤੋਂ ਭਾਵ ਹੁੰਦਾ ਹੈ ਕਿ ਫਲ। ਅਸੀਂ ਖੇਤੀ ਬੀਜੀਏ, ਉਹਦੇ ਅੰਦਰ ਕੋਈ ਨਾ ਕੋਈ ਫਲ ਪੈਂਦਾ ਹੈ। ਕਹਿਣ ਲੱਗੇ, ਜੇ ਉਹ ਖੇਤੀ ਬੀਜੀ, ਬੜੀ ਮਿਹਨਤ ਕੀਤੀ ਅਤੇ ਖੇਤੀ ਦੇ ਅੰਦਰ ਉਸ ਫਸਲ ਨੂੰ ਫਲ ਨਾ ਪਿਆ, ਅਤੇ ਕਹਿਣ ਲੱਗੇ ਉਹ ਖੇਤੀ ਤਾਂ ਕਿਸੇ ਕੰਮ ਦੀ ਨਹੀਂ। ਖੇਤੀ ਬੀਜੀ ਦੀ ਇਸੇ ਵਾਸਤੇ ਹੈ ਕਿ ਇਹਨੂੰ ਫਲ ਪਵੇ, ਇੱਕ ਤੋਂ ਕਈ ਹਜ਼ਾਰ ਗੁਣਾ ਸਾਨੂੰ ਪ੍ਰਾਪਤ ਹੋਵੇ। ਅਤੇ ਪਿਆਰਿਆ, ਜੇਕਰ ਅਕਾਲ ਪੁਰਖ ਨੇ ਤੈਨੂੰ ਪੈਦਾ ਕੀਤਾ ਹੈ, ਜੇਕਰ ਤੇਰੇ ਅੰਦਰ ਨਾਮ ਦਾ ਫਲ, ਨਾਮ ਦੀ ਕਣੀ ਪੈਦਾ ਨਹੀਂ ਹੋਈ, ਤੇ ਫਿਰ ਸਮਝ ਲੈਣਾ ਉਹ ਸੁੰਜੀ ਖੇਤੀ ਵਾਂਗ ਹੈ, ਜਿਸ ਖੇਤੀ ਨੂੰ ਕਿਸਾਨ ਜਿਹੜਾ ਹੈ ਆਪਣੇ ਘਰ ਨਹੀਂ ਲੈ ਕੇ ਜਾਂਦਾ, ਭਾਵੇਂ ਉਹਦੇ 'ਤੇ ਕਿੰਨੀ ਵੀ ਮਿਹਨਤ ਕੀਤੀ ਹੋਵੇ। ਅਤੇ ਕਹਿਣ ਲੱਗੇ, ਉਸ ਨੂੰ ਖੇਤ ਦੇ ਵਿੱਚ ਹੀ ਛੱਡ ਜਾਂਦਾ ਹੈ, ਫਿਰ ਉਹਦੇ ਇੱਕ ਨਹੀਂ ਸੈਂਕੜੇ ਖਸਮ ਬਣ ਜਾਂਦੇ ਨੇ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਅੰਦਰ ਬਖਸ਼ਿਸ਼ ਕਰਦੇ ਨੇ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਜੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ, ਕਹੋ ਨਾਨਕ ਸਉ ਨਾ ਫਲੀਐ, ਫੁਲੀਐ ਬੱਪੜੇ ਪੀ ਤਨ ਵਿੱਚ ਸਵਾ।
ਕਹਿਣ ਲੱਗੇ ਬਿਲਕੁਲ ਇਹੋ ਹੀ ਹਾਲਤ ਹੈ ਮਨੁੱਖ ਦੀ। ਜੇਕਰ ਮਨੁੱਖ ਇਸ ਧਰਤੀ 'ਤੇ ਪੈਦਾ ਹੋਇਆ, ਇਸ ਮਾਤ ਲੋਕ ਅੰਦਰ ਜਨਮ ਲਿਆ, ਜਨਮ ਲੈ ਕੇ ਜੇ ਇਸ ਦੇ ਹਿਰਦੇ ਅੰਦਰ ਪ੍ਰਭੂ ਦੀ ਯਾਦ ਪੈਦਾ ਨਹੀਂ ਨਾ ਹੋਈ, ਪ੍ਰਭੂ ਦਾ ਨਾਮ ਦਾ ਫਲ, ਪ੍ਰਭੂ ਦਾ ਨਾਮ ਇਹਦੇ ਹਿਰਦੇ ਅੰਦਰ ਨਹੀਂ ਨਾ ਬੈਠਿਆ, ਉਸ ਖੇਤੀ ਵਾਂਗ ਹੈ ਜਿਹੜੀ ਖੇਤੀ ਕਿ ਕਿਸਾਨ ਨੇ ਮਿਹਨਤ ਕਰਕੇ ਬੀਜੀ ਉਗਾਈ ਅਤੇ ਅਖੀਰ ਨੂੰ ਜਦੋਂ ਉਹਦੇ ਡੋਡੀ ਦੇ ਅੰਦਰ ਕੋਈ ਫਲ ਨਾ ਪਿਆ ਅਤੇ ਕਹਿਣ ਲੱਗੇ ਫਿਰ ਕਿਸਾਨ ਉਸ ਨੂੰ ਬਿਲਕੁਲ ਨਾ ਮਨਜ਼ੂਰ ਕਰ ਦਿੰਦਾ ਹੈ, ਕਦੀ ਵੀ ਆਪਣੇ ਘਰ ਨਹੀਂ ਲੈ ਕੇ ਜਾਂਦਾ। ਜੇਕਰ ਮਨੁੱਖ ਦੇ ਹਿਰਦੇ ਅੰਦਰ ਫਲ ਨਾ ਪਿਆ, ਉਹ ਅਕਾਲ ਪੁਰਖ ਫਿਰ ਕਿਸ ਤਰ੍ਹਾਂ ਇਸ ਨੂੰ ਆਪਣੇ ਘਰ ਲੈ ਜਾਵੇਗਾ। ਇਸ ਮਨੁੱਖ ਨੂੰ ਪੈਦਾ ਹੀ ਤਾਂ ਕੀਤਾ ਹੈ ਮਨੁੱਖ, ਤੂੰ ਆਪਣੇ ਹਿਰਦੇ ਅੰਦਰ ਨਾਮ ਦਾ ਫਲ ਪੈਦਾ ਕਰਨਾ ਹੈ। ਕਣ ਬਿਨਾ ਜੈਸੇ ਥੋਥਰ ਤੁਖਾ, ਤੁਖਾ ਤੂੰ ਭਾਵ ਹੁੰਦਾ ਹੈ ਕਿ ਉਹ ਛਿਲਕਾ ਜਿਹੜਾ ਫਲ ਦੇ ਉੱਪਰ ਹੁੰਦਾ ਹੈ। ਕਹਿਣ ਲੱਗੇ ਫਲ ਤੋਂ ਬਿਨਾਂ ਜਿਹੜਾ ਛਿਲਕਾ ਹੈ ਨਾ, ਉਹ ਬਿਲਕੁਲ ਕਿਸੇ ਕੰਮ ਦਾ ਨਹੀਂ, ਉਸ ਨੂੰ ਕੋਈ ਵੀ ਮਨਜ਼ੂਰ ਨਹੀਂ ਕਰਦਾ। ਅਤੇ ਸਾਹਿਬ ਕਹਿ ਰਹੇ ਨੇ ਨਾਮ ਬਿਹੋਣ ਸੁਨੇ ਸੇ ਮੁਖਾ, ਜਿਹੜੇ ਨਾਮ ਤੋਂ ਬਿਨਾਂ ਮੁੱਖ ਹਨ, ਜਿਨ੍ਹਾਂ ਦੇ ਮੁੱਖ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ। ਫਰੀਦਾ ਤਿੰਨਾ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਬਾਬਾ ਜੀ ਕਹਿਣ ਲੱਗੇ ਕਿ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ ਨਾ, ਉਹਨਾਂ ਦੇ ਮੁੱਖ ਜਿਹੜੇ ਨੇ ਉਹ ਡਰਾਵਣੇ ਹਨ, ਉਹਨਾਂ ਤੋਂ ਡਰ ਲੱਗਦਾ ਹੈ। ਇੱਥੇ ਦੁੱਖ ਘਨੇਰਿਆ, ਇਸ ਲੋਕ ਵਿੱਚ ਵੀ ਕਹਿਣ ਲੱਗੇ ਉਹਨਾਂ ਨੂੰ ਦੁੱਖ ਹੀ ਦੁੱਖ ਹਨ, ਪਰਲੋਕ ਵਿੱਚ ਜਾਣਗੇ ਤਾਂ ਵੀ ਉਹਨਾਂ ਨੂੰ ਦੁੱਖ ਹੀ ਪ੍ਰਾਪਤ ਹੋਣੇ ਨੇ। ਇੱਥੇ ਦੁੱਖ ਘਨੇਰਿਆ ਅੱਗੇ ਨਾ ਹੀ ਠਾਉ, ਅਤੇ ਪਰਲੋਕ ਵਿੱਚ ਵੀ ਕੋਈ ਉਹਨਾਂ ਨੂੰ ਥਾਂ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਸਾਹਿਬ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਇਹ ਕਹਿਣਾ ਚਾਹੁੰਦੇ ਨੇ, ਇਹ ਜਗਿਆਸੂ ਇਹ ਗੁਰਮੁਖ ਵੀਰ, ਜੇਕਰ ਤੇਰੇ ਅੰਦਰ ਕੋਈ ਪ੍ਰਭੂ ਦੀ ਤੜਪ ਹੈ ਤਾਂ ਉਸ ਨੂੰ ਹੋਰ ਉਜਾਗਰ ਕਰ, ਤਾਂ ਕਿ ਤੇਰੇ ਹਿਰਦੇ ਅੰਦਰ ਨਾਮ ਦਾ ਨਾਮ ਦੀ ਕਣੀ ਵਸ ਜਾਵੇ। ਕਣ ਬਿਨਾ ਜੈਸੇ ਥੋਥਰ ਤੁਖਾ, ਨਾ ਬਿਹੋਣ ਸੁਨੇ ਸੇ ਮੁਖਾ, ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾ ਬਿਹੋਣ ਤ੍ਰਿਗ ਦੇ ਬਿਗਾਨੀ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਰਹਾਉ ਵਾਲੇ ਬੰਦ ਅੰਦਰ ਬਖਸ਼ਿਸ਼ ਕਰਦੇ ਨੇ ਕਿ ਹਰ ਹਰ ਨਾਮ, ਵਾਹਿਗੁਰੂ ਦਾ ਨਾਮ ਨਿਤ ਜਪੋ ਪ੍ਰਾਣੀ, ਪ੍ਰਾਣੀ ਰੋਜ਼ ਜਪੋ। ਇਹ ਨਹੀਂ ਕਿ ਅੱਜ ਇੱਕ ਦਿਨ ਜਪ ਲਿਆ ਅਤੇ ਫਿਰ ਮਹੀਨਾ ਨਾ ਜਪਿਆ। ਕਹਿਣ ਲੱਗੇ ਨਿਤ ਹੀ ਜਪਣਾ ਹੈ, ਜਪ ਮਨ ਸਤਨਾਮ, ਸਦਾ ਸਤਨਾਮ ਹੋਵੇਗਾ ਕਿ ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਉਸ ਨੂੰ ਨਿਤ ਧਿਆਣਾ ਹੈ, ਰੋਜ਼ ਧਿਆਣਾ ਹੈ, ਜਿਸ ਤਰ੍ਹਾਂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਹ ਹੈ ਸਾਹਿਬ ਕਹਿੰਦੇ ਪਿਆਰਿਆ ਰੋਜ਼ ਇਸ਼ਨਾਨ ਕਰ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਰੋਜ਼ ਗੁਰਬਾਣੀ ਨੂੰ ਜਪ, ਅਤੇ ਫਿਰ ਤੇਰਾ ਜੀਵਨ ਜਿਹੜਾ ਉਹ ਸੁਹੇਲਾ ਹੋ ਸਕਦਾ ਹੈ। ਨਾਮ ਬਿਹੋਣ ਤ੍ਰਿਗ ਦੇ ਬੇਗਾਨੀ, ਕਹਿਣ ਲੱਗੇ ਨਾਮ ਤੋਂ ਬਿਨਾਂ ਜਿਹੜੀ ਦੇਹ ਹੈ ਨਾ, ਇਹ ਤ੍ਰਿਕਾਰ ਯੋਗ ਹੈ,
ਅਤੇ ਬੇਗਾਨੀ ਤੂੰ ਭਾਵ ਹੈ ਕਿ ਇਸ ਦਿਨ ਇਸ ਨੂੰ ਛੱਡ ਕੇ ਨਾ ਬੇਗਾਨਾ ਹੋ ਜਾਣਾ ਹੈ, ਕਿਉਂਕਿ ਜਿਸ ਦਿਨ ਜੀਵ ਆਤਮਾ ਇਹਦੇ ਅੰਦਰੋਂ ਚਲੀ ਗਈ ਫਿਰ ਕੀ ਹੋਵੇਗਾ, ਇਹ ਸਰੀਰ ਨੂੰ ਇੱਥੇ ਛੱਡ ਜਾਣਾ ਹੈ। ਇਹ ਉਸ ਜੀਵ ਆਤਮਾ ਵਾਸਤੇ ਸਰੀਰ ਜਿਹੜਾ ਇਹ ਬੇਗਾਨਾ ਹੋ ਜਾਵੇਗਾ। ਇਸ ਕਰਕੇ ਸਾਹਿਬ ਕਹਿਣ ਲੱਗੇ ਕਿ ਪਿਆਰਿਆ ਬੇਗਾਨੀ ਹੋ ਜਾਣੀ ਹੈ, ਇਸ ਕਰਕੇ ਜਿੰਨਾ ਵੀ ਇਸ ਤੂੰ ਕੰਮ ਲੈ ਸਕਣਾ ਹੈ, ਜਿੰਨਾ ਵੀ ਨਾਮ ਜਪ ਸਕਦਾ ਨਾ ਉਨਾ ਜਪ ਲੈ, ਪਤਾ ਨਹੀਂ ਕਿਹੜੇ ਦਿਨ ਕਿਹੜਾ ਵਕਤ ਆ ਜਾਣਾ ਹੈ, ਇਹ ਸਵਾਸਾਂ ਦੀ ਗੰਢ ਖੁੱਲ੍ਹ ਜਾਣੀ ਹੈ, ਮੁੜ ਕੇ ਖਰੇ ਇਹ ਮਨੁੱਖਾਂ ਦੀ ਪ੍ਰਾਪਤ ਹੋਣੀ ਕਜਾ ਨਹੀਂ ਹੋਣੀ। ਸਾਹਿਬ ਕਹਿਣ ਲੱਗੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀ ਦਿਹਰ ਬਾਂਝਾ। ਕਹਿਣ ਲੱਗੇ ਜਿਹਦੇ ਹਿਰਦੇ ਅੰਦਰ ਨਾਮ ਨਹੀਂ ਨਾ ਵਸਿਆ, ਕਹਿਣ ਲੱਗੇ ਉਹਦੀ ਮਾਂ ਜਿਹੜੀ ਹੈ ਉਹ ਬਾਂਝ ਕਿਉਂ ਨਾ ਰਹਿ ਜਾਂਦੀ। ਹੁਣ ਜਪਦਾ ਮਨੁੱਖ ਨਹੀਂ ਤੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਉਹਦੀ ਮਾਂ ਬਾਂਝ ਰਹਿ ਜਾਂਦੀ ਕਿ ਮਾਂ ਦੇ ਕੁੱਖ ਅੰਦਰ ਇਹਦਾ ਨਿਵਾਸ ਹੁੰਦਾ ਹੀ ਨਾ। ਬਾਂਝ ਤੂੰ ਭਾਵ ਹੁੰਦਾ ਹੈ ਕਿ ਜਿਸ ਨੂੰ ਜਿਸ ਦੇ ਕੋਈ ਔਲਾਦ ਨਾ ਹੋਵੇ ਉਸ ਨੂੰ ਬਾਂਝ ਕਿਹਾ ਜਾਂਦਾ ਹੈ। ਕਹਿਣ ਲੱਗੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਂਝਾ, ਕਿਉਂ ਤਿਨ ਸੁੰਜੀ ਦੇ ਫਿਰੈ ਬਿਣਨ ਆਵੇ, ਕਿਉਂ ਲੱਗੇ ਉਹਦੀ ਜਿਹੜੀ ਦੇਹ ਹੈ ਨਾ ਉਹ ਸੁੰਜੀ ਹੈ, ਕਿਉਂ ਆਕਾਸ ਤੂੰ ਬਿਨਾਂ ਨਾਮ ਤੂੰ ਤਿਨ ਸੁੰਜੀ ਦੇ ਫਿਰੈ ਬਿਣਨ ਆਵੇ, ਉਹ ਖੱਪ ਖੱਪ ਮੋਏ ਕਰਾਂਝਾ। ਕਹਿਣ ਲੱਗੇ ਉਹ ਰੋਜ਼ ਹੀ ਖਪਦਾ ਰਹਿੰਦਾ ਹੈ, ਕ੍ਰਿਝਦਾ ਰਹਿੰਦਾ ਹੈ ਨਾਮ ਤੋਂ ਬਿਨਾਂ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਾਏ। ਇਸ ਕਰਕੇ ਸਹਿ ਬਖਸ਼ਿਸ਼ ਕਰਦੇ ਨੇ ਐ ਪਿਆਰਿਆ, ਇਸ ਮਨੁੱਖਾ ਜਨਮ ਅੰਦਰ ਤੂੰ ਨਾਮ ਨੂੰ ਜਪ, ਨਾ ਬਿਨਾ ਨਾ ਹੀ ਮੁੱਖ ਭਾਗ, ਨਾਮ ਤੋਂ ਬਿਨਾਂ ਮੁੱਖ ਭਾਗ ਤੂੰ ਭਾਵ ਹੈ ਕਿ ਤੇਰੇ ਮਸਤਕ ਦਾ ਜਿਹੜਾ ਭਾਗ ਹੈ ਨਾ ਉਹ ਖੁੱਲ੍ਹੇਗਾ ਨਹੀਂ। ਨਾ ਬਿਨਾ ਨਾ ਹੀ ਮੁੱਖ ਭਾਗ, ਜਿਸ ਤਰ੍ਹਾਂ ਸਾਹਿਬ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ। ਕਹਿਣ ਲੱਗੇ ਧਰਮ ਵੀ ਕਾਮ ਵੀ ਅਰਥ ਵੀ ਅਤੇ ਇਹ ਜੋ ਸਾਰਾ ਕੁਛ ਹੈ ਚਾਰ ਪਦਾਰਥ ਜਿਹੜੇ ਨਾ ਇਸ ਦੇ ਵਿੱਚ ਆ ਜਾਂਦੇ, ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ। ਕਹਿਣ ਲੱਗੇ ਇਹ ਤਾਂ ਪੈਦਾ ਹੋਣਗੇ ਜਦੋਂ ਤੇਰੇ ਮਸਤਕ ਦੇ ਭਾਗ ਜਿਹੜੇ ਨਾ ਉਹ ਜਾਗ ਪੈਣਗੇ। ਨਾ ਬਿਨਾ ਨਾ ਹੀ ਮੁੱਖ ਭਾਗ, ਪਰਤ ਬਿਹੋਣ ਕਹਾ ਸੁਹਾਗ। ਭਰਤ ਕਹਿੰਦੇ ਨੇ ਪਤੀ ਨੂੰ, ਕਹਿਣ ਲੱਗੇ ਪਤੀ ਤੋਂ ਬਿਨਾਂ ਜੇਕਰ ਇਸਤਰੀ ਚਾਹੇ ਕਿ ਮੈਂ ਸੁਹਾਗਣ ਹਾਂ, ਤੇ ਕਹਿਣ ਲੱਗੇ ਉਹ ਕਿਸ ਤਰ੍ਹਾਂ ਸੁਹਾਗਣ ਹੋ ਸਕਦੀ ਹੈ। ਭਰਤ ਬਿਹੋਣ ਕਹਾ ਸੁਹਾਗ, ਜੇਕਰ ਪਤੀ ਨਹੀਂ ਸਿਰ ਤੇ ਤੇ ਉਹ ਸੁਹਾਗਣ ਕਿਸ ਤਰ੍ਹਾਂ ਕੁਹਾ ਸਕਦੀ ਹੈ। ਜਿਸ ਦੇ ਕੋਲ ਨਾਮ ਨਹੀਂ ਨਾ, ਕਹਿਣ ਲੱਗੇ ਉਹ ਕਿਸ ਤਰ੍ਹਾਂ ਪ੍ਰਭੂ ਦਾ ਭਗਤ, ਕਿਸ ਤਰ੍ਹਾਂ ਉਹ ਗੁਰਮੁਖ ਪਿਆਰਾ ਅਖਵਾ ਸਕਦਾ ਹੈ ਜਿਹਦੇ ਹਿਰਦੇ ਅੰਦਰ ਨਾਮ ਨਹੀਂ ਹੈ। ਬੰਦਾ ਕਹਿੰਦਾ ਹੀ ਉਸ ਨੂੰ ਹੈ, ਬੰਦੇ ਬੰਦਗੀ ਇੱਕ ਤਿਆਰ, ਜਿਹੜਾ ਬੰਦਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਬੰਦਗੀ ਕਰਦਾ ਹੈ, ਜਿਹੜਾ ਬੰਦਗੀ ਨਹੀਂ ਕਰਦਾ ਕਹਿਣ ਲੱਗੇ ਉਸ ਨੂੰ ਬੰਦਾ ਨਹੀਂ ਕਿਹਾ ਜਾਂਦਾ। ਸਾਹਿਬ ਰੋਸ ਧਰੋ ਕੇ ਪਿਆਰ, ਕਹਿਣ ਲੱਗੇ ਸਾਹਿਬ ਭਾਵੇਂ ਤੇਰੇ ਨਾਲ ਰੋਸ ਕਰੇ ਭਾਵੇਂ ਪਿਆਰ ਕਰੇ, ਤੇਰਾ ਕੰਮ ਹੈ ਬੰਦਗੀ ਕਰੀ ਜਾਣਾ। ਇਸ ਕਰਕੇ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਭਰਤ ਬਿਹੋਣ ਕਹਾ ਸੁਹਾਗ, ਭਰਤ ਤੋਂ ਬਿਨਾਂ ਭਾਵ ਕੇ ਪਤੀ ਤੋਂ ਬਿਨਾਂ ਕੋਈ ਸੁਹਾਗਣ ਨਹੀਂ ਹੈ। ਨਾਮ ਵਿਸਾਰ ਲੱਗੇ ਅਨਸਵਾਏ, ਨਾਮ ਤੋਂ ਬਿਨਾਂ ਕਹਿੰਦੇ ਜਿਹੜੇ ਮਨੁੱਖ ਹੋਰਨਾਂ ਸਵਾਦਾਂ ਦੇ ਵਿੱਚ ਸੰਸਾਰ ਦੇ ਜਿੰਨੇ ਸਵਾਦ ਹਨ ਉਹਨਾਂ ਵਿੱਚ ਰਚੇ ਮਿਚੇ ਹਨ, ਗ੍ਰਸਤ ਹੋਏ ਹਨ, ਕਹਿਣ ਲੱਗੇ ਉਹ ਇਸ ਤਰ੍ਹਾਂ ਹਨ
ਤੇ ਤਾਂ ਕਿ ਆਸ ਨਾ ਪੂਜੇ ਕਾਏ। ਜਿਸ ਤਰ੍ਹਾਂ ਸਾਹਿਬ ਗੁਰਬਾਣੀ ਅੰਦਰ ਹੀ ਬਖਸ਼ਿਸ਼ ਕਰਦੇ ਨੇ ਕਿ ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਨਾਮ ਵਿਸਾਰ ਕਰੇ ਅਨਕਾਜ, ਨਾਮ ਬਿਨਾ ਬਿਰਥੇ ਸਭ ਕਾਜ। ਕਹਿਣ ਲੱਗੇ ਨਾਮ ਤੋਂ ਬਿਨਾ ਜੇਕਰ ਕੋਈ ਮਨੁੱਖ ਹੋਰ ਭੋਗਾਂ ਨੂੰ ਭੋਗਦਾ ਹੈ ਨਾ, ਉਹ ਸਾਰੇ ਵਿਅਰਥ ਹਨ। ਜਿਸ ਤਰ੍ਹਾਂ ਗੁਰਬਾਣੀ ਅੰਦਰ ਫਰਮਾਨ ਹੈ ਕਿ ਜੇਕਰ ਮਨੁੱਖ ਕੋਈ ਨਾਮ ਤੋਂ ਬਿਨਾ ਹੋਰ ਕੋਈ ਰਸ ਖਾਂਦਾ ਹੈ, ਕਹਿਣ ਲੱਗੇ ਉਹ ਰਸ ਜਿਹੜੇ ਨੇ ਸੰਸਾਰ ਦੇ ਰਸ ਜਿਹੜੇ ਨੇ ਉਹ ਫਿਰ ਬਿਲਕੁਲ ਫਿੱਕੇ ਨੇ। ਸੰਸਾਰੀ ਰਸ ਜਿਹੜੇ ਨੇ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਰਸ ਸਭ ਫਿੱਕੇ ਹਨ। ਤਾਂ ਕਿ ਆਸ ਨਾ ਪੂਜੇ ਕਾਏ, ਅਤੇ ਨਾ ਹੀ ਕੋਈ ਉਸਦੀ ਆਸ ਜਿਹੜੀ ਹੈ ਉਹ ਪੂਰੀ ਹੋ ਸਕਦੀ ਹੈ ਨਾਮ ਤੋਂ ਬਿਨਾਂ। ਕਰ ਕਿਰਪਾ ਪ੍ਰਭ ਆਪਣੀ ਦਾਤ। ਇਸ ਕਰਕੇ ਇਹ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਨੂੰ ਇਹ ਦਾਤ ਬਖਸ਼ਿਸ਼ ਕਰ, ਤੁੱਠ ਕੇ ਮੈਨੂੰ ਇਹ ਦਾਤ ਨੇ ਨਾਮ ਨਾਨਕ ਨਾਮ ਜਪੇ ਦਿਨ ਰਾਤ, ਕਿ ਅਸੀਂ ਤੇਰਾ ਨਾਮ ਦਿਨ ਰਾਤ ਜਪਦੇ ਰਹੀਏ। ਸਾਨੂੰ ਇਹ ਕਿਰਪਾ ਕਰਕੇ ਦਾਤ ਬਖਸ਼ਿਸ਼ ਕਰ ਕਿ ਤੇਰੇ ਨਾਮ ਨਾਲ ਜੁੜੇ ਰਹੀਏ, ਕਿਉਂਕਿ ਤੇਰੇ ਨਾਮ ਤੋਂ ਬਿਨਾਂ ਅਨੇਕਾਂ ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਹਨ ਗੁਰਬਾਣੀ ਅੰਦਰ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ ਰਹਾ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਕਹਿਣ ਲੱਗੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਬਲਣਾ ਤੂੰ ਭਾਵ ਕੇ ਲੰਘਣਾ ਹੈ ਨਾ, ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਰਪ ਦੀ ਉਮਰ ਹੈ, ਸੱਪ ਦੀ ਉਮਰ ਹੈ। ਸੱਪ ਦੀ ਉਮਰ ਭਾਵੇਂ ਕਹਿੰਦੇ ਜਿੰਨੀ ਮਰਜ਼ੀ ਲੰਬੀ ਹੋਵੇ ਪਰ ਉਹ ਕਿਸੇ ਅਰਥ ਨਹੀਂ ਹੈ, ਕਿਉਂਕਿ ਜਿਉਂ ਜਿਉਂ ਮਨੋ ਉਹ ਸੱਪ ਦੀ ਉਮਰ ਵੱਧਦੀ ਹੈ ਤਿਉਂ ਤਿਉਂ ਉਸ ਦੇ ਅੰਦਰ ਜ਼ਹਿਰ ਪੈਦਾ ਹੁੰਦਾ ਹੈ। ਜਿਉਂ ਜਿਉਂ ਜ਼ਹਿਰ ਜ਼ਿਆਦਾ ਪੈਦਾ ਹੁੰਦਾ ਹੈ ਤਿਉਂ ਤਿਉਂ ਕ੍ਰਿਜਦਾ ਹੈ, ਸੜਦਾ ਹੈ। ਅਤੇ ਉਹਦੀ ਕਹਿਣ ਲੱਗੇ ਇਹੋ ਜਿਹੀ ਉਮਰ ਨੂੰ ਪਿਆਰਿਆ ਕੀ ਕਰਨਾ ਹੈ। ਉਹ ਜਿਸ ਤਰ੍ਹਾਂ ਸੱਪ ਦੀ ਉਮਰ ਹੈ, ਜਿੰਨੀ ਮਰਜ਼ੀ ਭਾਵੇਂ ਹਜ਼ਾਰਾਂ ਸਾਲ ਕਿਉਂ ਨਾ ਹੋਵੇ, ਅਤੇ ਜੇ ਉਸਨੇ ਉਮਰ ਲੰਬੀ ਕਰਨ ਦੇ ਨਾਲ ਉਸਨੂੰ ਦੁੱਖੀ ਪ੍ਰਾਪਤ ਹੋਣਾ ਹੈ ਤਾਂ ਫਿਰ ਕਾਹਦੀ ਉਮਰ ਹੋਈ। ਉਹਦੇ ਨਾਲੋਂ ਤਾਂ ਕਹਿਣ ਲੱਗੇ ਮਰ ਜਾਣਾ ਚੰਗਾ ਹੈ। ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਕਹਿਣ ਲੱਗੇ ਨੌਵਾਂ ਖੰਡਾਂ ਦਾ ਮਨੁੱਖ ਸਾਰੀ ਪ੍ਰਿਥਵੀ ਦਾ ਕੋਈ ਰਾਜ ਵੀ ਕਰ ਲਵੇ, ਅੰਤ ਨੂੰ ਇੱਥੋਂ ਹਾਰ ਕੇ ਚਲੇ ਜਾਣਾ ਹੈ। ਜਿਸ ਤਰ੍ਹਾਂ ਗੁਰਬਾਣੀ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੇ ਕੇ। ਕਹਿਣ ਲੱਗੇ ਪਿਆਰਿਆ ਕੋਈ ਇੱਕ ਯੁਗ ਦੀ ਗੱਲ ਕਰਨਾ ਹੈ, ਅਤੇ ਜੇਕਰ ਚਾਰ ਯੁਗ ਦਸ ਯੁਗ ਦਸ ਗੁਣਾ ਹੋਰ ਵੀ ਹੋ ਜਾਵੇ ਅਤੇ ਚਾਲੀ ਯੁਗ ਤੇਰੀ ਉਮਰ ਵੀ ਹੋ ਜਾਵੇ ਅਤੇ ਫਿਰ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਕਿਉਂਕਿ ਕਿ ਜੇਕਰ ਪ੍ਰਭੂ ਦੀ ਨਜ਼ਰ ਅੰਦਰ ਨਹੀਂ ਆਇਆ, ਪ੍ਰਭੂ ਦੀ ਤੇਰੇ ਉੱਤੇ ਕਿਰਪਾ ਦ੍ਰਿਸ਼ਟੀ ਨਹੀਂ ਹੋਈ, ਉਹਦਾ ਨਾਮ ਨਹੀਂ ਜਪਿਆ, ਅਤੇ ਫਿਰ ਕਹਿਣ ਲੱਗੇ ਸਭ ਕੁਝ ਵਿਅਰਥ ਹੈ। ਫਿਰ ਤਾਂ ਉਸ ਕੀਟ ਅੰਦਰ ਹੈ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ। ਕਹਿਣ ਲੱਗੇ ਕੀੜਿਆਂ ਦੇ ਵਿੱਚ ਵੀ ਜਿਹੜਾ ਕੀੜਾ ਹੈ ਨਾ ਕੋਈ ਐਸਾ ਜਿਸ 'ਤੇ ਕੀੜੇ ਵੀ ਦੋਸ਼ ਦਿੰਦੇ ਨੇ, ਕਹਿਣ ਲੱਗੇ ਫਿਰ ਉਹਦੇ ਤੋਂ ਜ਼ਿਆਦਾ ਤੇਰੇ ਕੋਲ ਹੈਸੀਅਤ ਨਹੀਂ ਹੈ। ਭਾਵੇਂ ਨਵਾਂ ਖੰਡਾਂ ਦਾ ਰਾਜ ਕਮਾਇਆ, ਚਾਲੀ ਯੁਗ ਉਮਰ ਭੋਗ ਲਈ, ਭਾਵੇਂ ਸਾਰੀ ਦੁਨੀਆ ਤੇਰੇ ਇਸ਼ਾਰਿਆਂ 'ਤੇ ਚੱਲਦੀ ਸੀ, ਪਰ ਜੇਕਰ ਪ੍ਰਭੂ ਦੀ ਦ੍ਰਿਸ਼ਟੀ ਨੇ ਨਾ ਪਈ, ਪ੍ਰਭੂ ਦਾ ਨਾਮ ਨਹੀਂ ਜਪਿਆ, ਪ੍ਰਭੂ ਦੀ ਨਜ਼ਰ ਥੱਲੇ ਨਹੀਂ ਆਇਆ, ਤੇ ਫਿਰ ਕਹਿਣ ਲੱਗੇ ਸਾਰਾ ਕੁਛ ਵਿਅਰਥ ਹੈ। ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਇਸੇ ਕਰਕੇ ਕਹਿਣ ਲੱਗੇ ਕਰ ਕਿਰਪਾ
ਆਪਣੀ ਪ੍ਰਭ ਦਾਤ ਇਹ ਵਾਹਿਗੁਰੂ ਮੈਨੂੰ ਇਹ ਦਾਤ ਬਖਸ਼ਿਸ਼ ਕਰ ਕਿ ਕੀ ਦਾਤ ਬਖਸ਼ਿਸ਼ ਕਰਾਂ ਕਰੇ ਕਿ ਆਪਣੀ ਮੈਨੂੰ ਪ੍ਰਭੂ ਦਾ ਨਾਮ ਬਖਸ਼ਿਸ਼ ਕਰ ਮੈਨੂੰ ਹੋਰ ਕੁਛ ਸੰਸਾਰ 'ਤੇ ਨਹੀਂ ਚਾਹੀਦਾ ਮੈਨੂੰ ਆਪਣਾ ਨਾਮ ਹੀ ਬਖਸ਼ਿਸ਼ ਕਰ ਦੇ ਇਹੋ ਸਭ ਤੋਂ ਵੱਡੀ ਮੈਨੂੰ ਦਾਤ ਬਖਸ਼ਿਸ਼ ਕਰ ਨਾਨਕ ਨਾਮ ਜਪੈ ਦਿਨ ਰਾਤ ਕਿ ਮੈਂ ਤੇਰਾ ਨਾਮ ਦਿਨ ਰਾਤ ਜਪਦਾ ਰਹਾਂ ਸੋ ਅਸੀਂ ਵੀ ਸਤਿਗੁਰੂ ਕੋਲ ਅਰਦਾਸ ਕਰੀਏ ਮਾਲਕ ਜੀਓ ਜਿੰਨੇ ਵੀ ਸੰਸਾਰ ਦੇ ਪਦਾਰਥ ਹਨ ਨਾ ਇਹ ਸਾਰੇ ਤੇਰੇ ਨਾਮ ਤੋਂ ਬਿਨਾਂ ਵਿਅਰਥ ਹਨ ਕੋਈ ਜਿੰਨਾ ਮਰਜ਼ੀ ਸਾਰਾ ਸੰਸਾਰ ਦੇ ਪਦਾਰਥ ਭੋਗ ਲਵੇ ਰਸ ਸੋਨਾ ਰਸ ਰੂਪਾ ਕੰਮ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦ ਰਸ ਮੀਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਕਹਿਣ ਲੱਗੇ ਮਨੁੱਖ ਦੇ ਅੰਦਰ ਇੰਨੇ ਕੁ ਰਸ ਪਹਿਲਾਂ ਭਰੇ ਪਏ ਹਨ ਅਤੇ ਉਹ ਕਿਹੜੀ ਜਗ੍ਹਾ ਹੈ ਜਿੱਥੇ ਕਿ ਪ੍ਰਭੂ ਦਾ ਨਾਮ ਰੱਖਣਾ ਹੈ ਇਸ ਕਰਕੇ ਅਸੀਂ ਇਹਨਾਂ ਰਸਾਂ ਨੂੰ ਤਿਆਗ ਕੇ ਨਾ ਪ੍ਰਭੂ ਦੇ ਨਾਮ ਦਾ ਰਸ ਪ੍ਰਾਪਤ ਕਰੀਏ ਤਾਂ ਕੀ ਹੋਵੇਗਾ ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਹੈ ਇਹ ਰਸਨਾ ਤੂੰ ਅਣਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਕਹਿਣ ਲੱਗੇ ਇਹ ਮੇਰੀ ਜੀਭ ਤੂੰ ਜਿਹੜੇ ਇਹ ਸੰਸਾਰੀ ਰਸ ਭੋਗਦੀ ਹੈ ਨਾ ਇਹਨਾਂ ਨਾਲ ਤੇਰੀ ਪਿਆਸ ਨਹੀਂ ਜਾਣੀ ਇਹਨਾਂ ਨਾਲ ਤੈਨੂੰ ਤ੍ਰਿਪਤੀ ਨਹੀਂ ਮਿਲਣੀ ਇਹ ਰਸਨਾ ਤੂੰ ਅਣਰਸ ਤੂੰ ਭਾਵ ਕਿ ਹੋਰ ਸੰਸਾਰ ਦੇ ਰਸ ਪ੍ਰਭੂ ਦੇ ਨਾਮ ਨੂੰ ਛੱਡ ਕੇ ਜਿਹੜੇ ਹੋਰ ਰਸ ਹਨ ਤੂੰ ਅਣਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਜਦੋਂ ਤੱਕ ਹਰੀ ਦੇ ਨਾਮ ਦਾ ਰਸ ਤੈਨੂੰ ਪ੍ਰਾਪਤ ਨਾ ਹੋਇਆ ਕਹਿਣ ਲੱਗੇ ਉਦੋਂ ਤੱਕ ਸੰਸਾਰ ਦੇ ਸਾਰੇ ਰਸ ਜਿੰਨੇ ਵੀ ਭੋਗਦਾ ਹੈ ਨਾ ਉਹ ਸਭ ਵਿਅਰਥ ਹਨ ਸੋ ਅਸੀਂ ਮਾਲਕ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰੀਏ ਮਾਲਕ ਜੀਓ ਜੇਕਰ ਸਾਡੇ 'ਤੇ ਤੁੱਠਾ ਹੈ ਤੇ ਸਾਨੂੰ ਸਾਡੇ 'ਤੇ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਸਾਨੂੰ ਸੰਸਾਰ ਦੇ ਪਦਾਰਥ ਸਭ ਕੁਛ ਪ੍ਰਾਪਤ ਹਨ ਇੱਕ ਹੀ ਬਖਸ਼ਿਸ਼ ਕਰ ਦੇ ਕਿ ਤੂੰ ਨਾਮ ਦੀ ਦਾਤ ਬਖਸ਼ਿਸ਼ ਕਰ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹ ਸਾਡੇ ਹਿਰਦੇ ਅੰਦਰ ਚਾਹ ਬਣ ਜਾਵੇ ਅਸੀਂ ਦਿਨ ਰਾਤ ਤੇਰਾ ਨਾਮ ਜਪੀਏ ਸੋ ਆਹ ਗੁਰੂ ਪਿਆਰਿਓ ਹੋਈਆਂ ਪੁੱਲਾਂ ਦੀ ਖਿਮਾ ਸਾਰੇ ਪਿਆਰ ਨਾਲ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ